ਅਸੀਂ ਪੜਿਆ ਇਨਰਸ਼ੀਆ ਆ ਇਹਦੇ ਬਾਰੇ ਨਾ ਕੁਝ ਅਸੀਂ ਡੈਮੋਸਟ੍ਰੇਸ਼ਨਸ ਹੋਰ ਦੇਖਦੇ ਆ ਆਪਾਂ ਕਰਕੇ ਦੇਖਦੇ ਆ ਕਿ ਕੀਤੀ ਹੋਈ ਚੀਜ਼ ਜ਼ਿਆਦਾ ਸਾਡੇ ਮਨ ਤੇ ਜ਼ਿਆਦਾ ਦੇਰ ਤੱਕ ਪ੍ਰਭਾਵ ਪਾਉਂਦੀ ਹੈ ਇਹ ਕੱਪੜਾ ਮੇਰੇ ਕੋਲ ਮੈਂ ਇਸ ਨੂੰ ਇਸ ਸਰਫੇਸ ਤੇ ਰੱਖਿਆ ਇਸ ਦੇ ਉੱਪਰ ਮੈਂ ਇੱਕ ਆਬਜੈਕਟ ਰੱਖਦਾ ਠੀਕ ਹੈ ਤਾਂ ਹੁਣ ਤੁਸੀਂ ਦੇਖੋਗੇ ਕਿ ਜਿਵੇਂ ਹੀ ਮੈਂ ਇਸ ਕੱਪੜੇ ਨੂੰ ਮੋਸ਼ਨ ਦੇ ਵਿੱਚ ਲਿਆਉਂਦਾ ਤਾਂ ਇਹ ਦੇਖਣਾ ਹੈ ਕਿ ਆਬਜੈਕਟ ਜਿਹੜਾ ਉੱਪਰ ਪਿਆ ਹੈ ਬਾਉਲ ਇਹ ਰੈਸਟ ਜੇ ਤਾਂ ਇਹ ਦੇਖਣਾ ਹੈ ਵੀ ਇਹ ਵੀ ਨਾਲ ਹੀ ਕੱਪੜੇ ਦੇ ਆਉਂਦਾ ਹੈ ਜਾਂ ਉੱਥੇ ਹੀ ਰਹਿ ਜਾਂਦਾ ਦਿਸ ਇਜ਼ ਵੈਰੀ ਗੁੱਡ ਐਗਜ਼ਾਮਪਲ ਆਫ ਇਨਰਸ਼ੀਆ ਆਫ ਰੈਸਟ ਇਹ ਦੇਖੋ ਤਾਂ ਕੱਪੜਾ ਮੋਸ਼ਨ ਚ ਆ ਗਿਆ ਲੇਕਿਨ ਬਾਉਲ ਉੱਥੇ ਬਟ ਇੱਕ ਗੱਲ ਦਾ ਖਿਆਲ ਰੱਖਣਾ ਹੈ ਆਪਾਂ ਨੇ ਕਿ ਇਹ ਡਿਪੈਂਡ ਕਰਦਾ ਹੈ ਮਾਸ ਤੇ ਬਿਕੋਜ਼ ਇਨਰਸ਼ੀਆ ਇਜ਼ ਦ ਪ੍ਰੋਪਰਟੀ ਆਫ ਮਾਸ ਇਨਰਸ਼ੀਆ ਦੇ ਵਿੱਚ ਕੀ ਹੈ ਕਿ ਜਿਹਦਾ ਮਾਸ ਜ਼ਿਆਦਾ ਹੈ ਉਸਦਾ ਇਨਰਸ਼ੀਆ ਜ਼ਿਆਦਾ ਸਿੰਪਲ ਜੀ ਗੱਲ ਹੈ ਹੁਣ ਇੱਕ ਬਲੌਕ ਹੈ ਇਸਦਾ ਇਨਰਸ਼ੀਆ ਲਾਉਣ ਦਾ ਜਾਂ ਘੱਟ ਹੋਊਗਾ ਇਹ ਜੇ ਉਸ ਤੋਂ ਭਾਰਾ ਹੈ ਤਾਂ ਉਸ ਤੋਂ ਵੱਧ ਹੋਊਗਾ ਇਹ ਬੁੱਕ ਹੈ ਸਾਡੇ ਕੋਲ ਤਾਂ ਇਸਦਾ ਉਸ ਤੋਂ ਹੀ ਵੱਧ ਹੋਏਗਾ ਤਾਂ ਤੁਸੀਂ ਦੇਖੋ ਇਹਨਾਂ ਤਿੰਨਾਂ ਦੇ ਨਾਲ ਮੈਂ ਤੁਹਾਨੂੰ ਡੈਮੋਸਟ੍ਰੇਟ ਕਰਕੇ ਦਿਖਾਉਣਾ ਕਿ ਤੁਸੀਂ ਆਪਣੇ ਆਪ ਹੀ ਸਹਿਜੇ ਅੰਦਾਜ਼ਾ ਲਗਾ ਲਓਗੇ ਕਿ ਕੀ ਵਾਪਰ ਰਿਹਾ ਇਸ ਸਥਿਤੀ ਦੇ ਵਿੱਚ ਦੇਖਣਾ ਤੁਸੀਂ ਦੇਖਿਆ ਹੁਣ ਦੂਸਰੀ ਵਾਰੀ ਅਸੀਂ ਕੀ ਰੱਖਿਆ ਬਾਉਲ ਰੱਖਿਆ ਦੇਖਿਆ ਹੁਣ ਅਸੀਂ ਤੀਸਰੀ ਅਟੈਂਪਟ ਦੇ ਵਿੱਚ ਇਸ ਦੇ ਉੱਤੇ ਜ਼ਿਆਦਾ ਇਨਰਸ਼ੀਆ ਵਾਲੀ ਮਤਲਬ ਜ਼ਿਆਦਾ ਭਾਰੀ ਚੀਜ਼ ਬੁੱਕ ਰੱਖ ਕੇ ਤਾਂ ਕੀ ਹੁੰਦਾ ਤੁਸੀਂ ਇਸ ਨੂੰ ਆਬਜ਼ਰਵ ਕਰਨਾ ਆਬਜ਼ਰਵ ਕਰਨ ਤੋਂ ਬਾਅਦ ਆਪ ਵੀ ਕਰਕੇ ਦੇਖਣਾ ਕਰੇ ਹੈਂਕਰਚੀਫ ਤੁਹਾਡੇ ਕੋਲ ਰੁਮਾਲ ਸਾਰਿਆਂ ਕੋਲ ਹੈਗਾ ਬੁੱਕ ਹੈਗੀ ਹੈ ਤਾਂ ਕਿੰਨਾ ਕੁ ਆਸਾਨ ਹੈ ਦੇਖੋ ਦੇਖਿਆ ਜਿਸ ਤਰ੍ਹਾਂ ਇਨਰਸ਼ੀਆ ਜ਼ਿਆਦਾ ਉਨਾ ਹੀ ਜਿੰਨਾ ਮਾਸ ਜ਼ਿਆਦਾ ਉਨਾ ਇਨਰਸ਼ੀਆ ਜ਼ਿਆਦਾ ਇਨਰਸ਼ੀਆ ਤੇ ਉਹ ਰੈਸਟ 'ਚ ਰਹਿਣ ਦੀ ਕੋਸ਼ਿਸ਼ ਕਰ ਆਓ ਇੱਕ ਹੋਰ ਤੁਹਾਨੂੰ ਮੈਂ ਐਗਜ਼ਾਮਪਲ ਦਿਖਾਉਣਾ ਕਿ ਬੜੀ ਸਿੰਪਲ ਜੀ ਗੱਲ ਹੈ ਅਸੀਂ ਦੇਖਿਆ ਕਿ ਇਹ ਸਾਡੇ ਕੋਲ ਵਾਹੀਕਲ ਹੈ ਇਹ ਉਸ ਦੇ ਉੱਤੇ ਪੈਸੰਜਰ ਬੈਠਾ ਹੋਇਆ ਠੀਕ ਹੈ ਤਾਂ ਅਸੀਂ ਕਹਿੰਦੇ ਵੀ ਜਦੋਂ ਇੱਕਦਮ ਵਾਹੀਕਲ ਹੈ ਜਿਹੜਾ ਸਾਡਾ ਮੋਸ਼ਨ ਚ ਆਉਂਦਾ ਹੈ ਤਾਂ ਪੈਸੰਜਰ ਤੇ ਕੀ ਵਾਪਰਦਾ ਦੇਖੋ ਤੇ ਜਦੋਂ ਹੀ ਇਹ ਇੱਕਦਮ ਮੋਸ਼ਨ ਚ ਆਏਗਾ ਤਾਂ ਕੀ ਹੋਏਗਾ ਤੁਸੀਂ ਆਬਜ਼ਰਵੇਸ਼ਨ ਲੈਣੀ ਹੈ ਇਹ ਪੈਸੰਜਰ ਬੈਠਾ ਹੈ ਇਹ ਵਾਹੀਕਲ ਤਾਂ ਕਿੱਧਰ ਨੂੰ ਡਿੱਗਿਆ ਵਾਹੀਕਲ ਮੋਸ਼ਨ ਚ ਆਇਆ ਇੱਕਦਮ ਤੋਂ ਬੈਕਵਰਡ ਨੂੰ ਗਿਆ ਰਾਈਟ ਹੁਣ ਅਸੀਂ ਦੂਸਰੀ ਸਥਿਤੀ ਦੇਖਦੇ ਕਿ ਪੈਸੰਜਰ ਬੈਠਾ ਤੇ ਇਹ ਦੋਨੋਂ ਚੀਜ਼ਾਂ ਮੋਸ਼ਨ 'ਚ ਹੈ ਹੁਣ ਸਾਡੇ ਕੋਲ ਜਦੋਂ ਇਹ ਮੋਸ਼ਨ 'ਚ ਹੈ ਤੇ ਅੱਗੇ ਜਾ ਕੇ ਕਿਸੇ ਚੀਜ਼ ਨਾਲ ਟਕਰਾ ਜਾਂਦੀ ਹੈ ਮੀਨਸ ਇਹ ਇੱਕਦਮ ਰੁਕ ਜਾਂਦਾ ਹੈ ਵਹੀਕਲ ਸਾਡਾ ਤਾਂ ਕੀ ਵਾਪਰਦਾ ਪੈਸੰਜਰ ਅੱਗੇ ਵੱਲ ਨੂੰ ਫਾਲ ਕਰਦਾ ਇਸ ਤੋਂ ਵਧੀਆ ਐਗਜ਼ਾਮਪਲਸ ਨਹੀਂ ਹੋ ਸਕਦੀਆਂ ਔਰ ਜੋ ਤੁਸੀਂ ਆਪ ਘਰੇ ਬੈਠ ਕੇ ਵੀ ਕਰ ਸਕਦੇ ਹੋ ਤਾਂ ਇਹ ਸਾਡੀ ਫਿਜ਼ਿਕਸ ਹੈ ਤਾਂ ਇਸ ਦੇ ਵਿੱਚ ਤੁਸੀਂ ਇਹਨਾਂ ਚੀਜ਼ਾਂ ਨੂੰ ਟਰਾਈ ਕਰੋ ਦੇਖੋ ਕਿ ਹਾਂ ਇੰਨਾ ਆਸਾਨ ਕੰਮ ਹੈ ਇਹ ਭੌਤਿਕ ਵਿਗਿਆਨ ਕੀ ਹੈ ਸਟੱਡੀ ਆਫ ਨੇਚਰ ਐਂਡ ਨੈਚੁਰਲ ਫਿਨੋਮੇਨਾ ਇਸ ਨੂੰ ਅਸੀਂ ਜਦੋਂ ਸਟੱਡੀ ਕਰਾਂਗੇ ਤਾਂ ਸਾਡੇ ਲਈ ਬੜਾ ਸੌਖਾ ਹੋ ਜਾਏਗਾ ਘਰ ਦੀਆਂ ਚੀਜ਼ਾਂ ਹੀ ਨੂੰ ਤੁਸੀਂ ਪ੍ਰਯੋਗ ਕਰਦੇ ਕਰਦੇ ਇੱਥੇ ਤੱਕ ਪਹੁੰਚ ਜਾਓਗੇ ਕਿ ਘਰੇ ਬੈਠੇ ਤੁਸੀਂ ਵਿਗਿਆਨੀ ਬਣ ਗਏ ਹੈ ਨਾ ਤਾਂ ਆਓ ਇਹਨਾਂ ਚੀਜ਼ਾਂ ਨੂੰ ਪੜ੍ਹਨ ਦੇ ਲਈ ਪ੍ਰੈਕਟੀਕਲ ਜ਼ਰੂਰ ਕਰਿਆ ਕਰੋ ਰਾਈਟ ਤਾਂ ਇਹਨਾਂ ਪ੍ਰੈਕਟੀਕਲ ਦੇ ਨਾਲ ਸਾਨੂੰ ਇੱਕ ਤਾਂ ਛੇਤੀ ਸਮਝ ਆ ਜਾਂਦੀ ਹੈ ਅਤੇ ਇੱਕ ਸਾਨੂੰ ਜੋ ਬੁੱਕਸ ਦੇ ਵਿੱਚ ਲਿਖਿਆ ਹੋਇਆ ਉਹ ਬਿਲਕੁਲ ਕਲੀਅਰ ਹੋ ਜਾਂਦਾ ਵੀ ਹਾਂ ਵਾਕਈ ਇਸ ਤਰ੍ਹਾਂ ਹੀ ਹੈ ਕਿੰਨੀ ਕੁ ਸੱਚਾਈ ਹੈ ਨਾ ਤੇ ਸਾਰੀ ਸੱਚਾਈ ਹੋਇਆ ਵਿਗਿਆਨ ਸੱਚਾਈ ਨੂੰ ਦੱਸ ਰਿਹਾ ਆਓ